ਲੋ ਜੀ ਮੁਜਾਹਿਰ ਭਾਈ ਕੀ ਹਾਲ ਹੈ ਅੱਲਾ ਦਾ ਸ਼ੁਕਰ ਹੈ ਭਾਜਨ ਤੁਸੀਂ ਸੁਣਾਓ ਸਾਨੂੰ ਥੋੜਾ ਜਿਹਾ ਗੁਣ ਕਰਾਂਗੇ ਤੇ ਬਾਣ ਦੇ ਦੱਸੋ ਭਾਜਨ ਗੋਦ ਬਾਣ ਕੇ ਸਾਡੇ ਸਾਹਮਣੇ ਇਹ ਜਨਾਬ ਇਹ ਬਿਲਡਿੰਗ ਬਣਨਾ ਹਰ ਚਾਹੇ ਤੇ ਦੇ ਨਾਲ ਕੰਮ ਚੱਲਦਾ ਪਿਆ ਹੈ ਠੀਕ ਹੈ ਅੱਜ ਤੋਂ 4 ਤਕਰੀਬਨ 10 12 ਸਾਲ ਪਹਿਲੇ ਇੱਥੇ ਕੋਈ ਵੀ ਨਹੀਂ ਸੀ ਬੰਦਾ ਆਉਂਦਾ ਠੀਕ ਹੈ ਕੋਈ ਤਾਂ ਕਿ ਜੰਗਲ ਜਿਹਾ ਹੈ ਕੋਈ ਕੋਈ ਬਲਾਂ ਖਾ ਜਾ ਸੀ ਕੋਈ ਕੁਛ ਫਿਰਦਾ ਕੋਈ ਕੁਛ ਫਿਰਦਾ ਠੀਕ ਹੈ ਹੁਣ ਭਾਜਨ ਇੱਥੇ ਕਿ ਬੰਦੇ ਨੂੰ ਰਾਤ ਰੱਖਣ ਦਾ ਵੀ ਨਾ ਪੈਸੇ ਭਰਨੇ ਪੈਂਦੇ ਨੇ ਇਹ ਉਹ ਜਗ੍ਹਾ ਹੋ ਗਈ ਇਹ ਉਹ ਜਗ੍ਹਾ ਹੋ ਗਈ ਹਾਂ ਇਹ ਤੁਹਾਡੇ ਸਾਹਮਣੇ ਕਿੰਨੇ ਵੱਡੇ ਵੱਡੇ ਟਾਵਰ ਬਣੇ ਪਏ ਨੇ ਸਾਡੇ ਪਿੱਛੇ ਇੱਕ ਬਿਲਡਿੰਗ ਬਣੀ ਪਈ ਹੈ ਤਕਰੀਬਨ ਕਮ ਅਸ ਕਮ 28 ਫਲੋਰ ਬਿਲਡਿੰਗ ਬਣੀ ਪਈ ਹੈ 28 ਫਲੋਰ ਗੁਲਬਰਗ ਮਾਲ ਬਣ ਰਿਹਾ ਹੈ ਗੁਲਬਰਗ ਮਾਲ ਬਣ ਰਿਹਾ ਹੈ ਜੀ ਹਾਂ ਇਹ ਦੇਖੋ ਜੀ 28 ਫਲੋਰ ਬਣੇ ਨੇ ਇਸ ਤੋਂ ਜ਼ਮੀਨ ਦੇ ਥੱਲੇ 6-7 ਫਲੋਰ ਨੇ ਠੀਕ ਹੈ ਜੀ ਇਹ ਉੱਤੇ ਪਿੱਛੇ ਸਾਰੇ ਫਾਰਮ ਹਾਊਸ ਬੰਗਲੇ ਬਣੇ ਪਏ ਨੇ ਵਾਹਿਆ ਜੀ ਫਾਰਮ ਹਾਊਸ ਵਾਹਿਆ ਜੀ ਪਿੱਛੇ ਬੰਗਲੇ ਬਣੇ ਪਏ ਨੇ ਲੋਕਾਂ ਦੇ ਠੀਕ ਹੈ ਜੀ ਹੋਰ ਵੀ ਤੇਜ਼ੀ ਨਾਲ ਕੰਮ ਭਾਈ ਜਾ ਰਿਹਾ ਦਿਨ ਬ ਦਿਨ ਦੁਨੀਆ ਅੱਗੇ ਪਹੁੰਚ ਰਹੀ ਹੈ ਠੀਕ ਹੈ ਜੀ ਬਸ ਇਹਦਾ ਇਹ ਹਿਸਾਬ ਹੈ ਜੀ ਇਹ ਗੁਲਬਰਗ ਤੁਹਾਡੇ ਸਾਹਮਣੇ ਜੀ ਬਾਕੀ ਅੱਲਾ ਖੈਰ ਕੋਈ ਚਾਹੁੰਦੇ ਕਿ ਸਾਲ ਹੋਏ ਨੇ ਕੋਈ ਡੇਢ ਸਾਲ ਹੋਇਆ ਤੇ ਡੇਢ ਸਾਲ ਹੋਇਆ ਤੇ ਬਿਲਡਿੰਗ ਤਿਆਰ ਹੋ ਗਈ ਹੈ ਸਰ ਪੌਣੇ 2 ਸਾਲ ਹੋ ਗਏ ਨੇ ਬਿਲਡਿੰਗ ਤਿਆਰ ਇਹ 20 ਬਲਾਕ ਦੇ ਵਿੱਚ ਜੀ ਇਹ 20 ਬਲਾਕ ਦੇ ਵਿੱਚ 20 ਬਲਾਕ ਦੇ ਵਿੱਚ ਇਹ ਇਧਰ ਵਾਲੀ ਸਾਈਡ ਇਹ ਬੁਲਾ ਕੇ ਇਧਰ ਵਾਲੀ 20 ਬਲਾਕ 20 ਬਲਾਕ ਠੀਕ ਹੈ ਜੀ ਉਹ ਅੱਗੇ ਜਿਸ ਤਰ੍ਹਾਂ ਪੂਰੇ ਫੇਰੋ ਦੱਗੇ ਤਾਂ ਉਹ ਅੱਗੇ ਤੱਕ ਗੁਲਬਰਗ ਪਹੁੰਚ ਗਿਆ ਐਸੇ ਮੁਜਾਹਿਦ ਭਾਈ ਲੈਟਾਂ ਵਗੈਰਾ ਤੇ ਬਹੁਤ ਲੱਗੀਆਂ ਨੇ ਇਹ ਬਾਜਾਂ ਅੱਗੇ ਤੱਕ ਉਹ ਗੁਲਬਰਗ ਕਿੱਥੇ ਜਾ ਟਕਰਾ ਗਿਆ ਉਹ ਲੰਮਾ ਦੂਰ ਬਣ ਗਿਆ ਉਹ ਤੋਂ ਲੈਟਾਂ ਨਜ਼ਰ ਆ ਰਹੀਆਂ ਨੇ ਇਹ ਬਿਲਕੁਲ ਠੀਕ ਹੈ ਹਾਂ ਅੱਲਾ ਖੈਰ ਕਰੇ ਇਹ ਬਿਲਡਿੰਗ ਦਾ ਨਾਮ ਕੀ ਹੈ ਜਿਹੜੀ ਸਾਹਮਣੇ ਬਣ ਰਹੀ ਹੈ ਇਹ ਜੇ ਟਾਵਰ ਬਣ ਰਿਹਾ ਜੀ ਇਹ ਜੇ ਟਾਵਰ ਹੈ ਹਾਂ ਇਸ ਤੋਂ ਅੱਗੇ ਕਿਹੜੀ ਬਿਲਡਿੰਗ ਹੈ ਇਸ ਤੋਂ ਅੱਗੇ ਪ੍ਰੀਜ਼ਮ ਦੀ ਬਿਲਡਿੰਗ ਬਣ ਰਹੀ ਹੈ ਪ੍ਰੀਜ਼ਮ ਸਟੇਟ ਜੀ ਠੀਕ ਹੈ ਜੀ ਉਸ ਤੋਂ ਅੱਗੇ ਅਰੀਨਾ ਆ ਜਾਂਦੀ ਹੈ ਇਸ ਤਰ੍ਹਾਂ ਅਰੀਨਾ ਠੀਕ ਹੈ ਮਾਸ਼ਾਅੱਲਾ ਹਾਈਟਸ ਆ ਜਾਂਦੀ ਹੈ ਮਾਸ਼ਾਅੱਲਾ ਹਾਈਟਸ ਆ ਜਾਂਦੀ ਹੈ ਅੱਗੇ ਅੱਗੇ ਬਿਲਕੁਲ ਤੁਰੇ ਜਾਓ ਤੇ ਅੱਗੇ ਅੱਗੇ ਬਿਲਡਿੰਗ ਹੈ ਸਾਰਾ ਇਹ ਬਲੌਕ ਹੀ ਅੱਗੇ ਹਾਂ ਇਹ ਬਲੌਕ ਹੈ ਇਧਰ ਠੀਕ ਹੈ ਜੀ ਹਾਂ ਤੇ ਇਹ ਪਿੱਛੇ ਸਾਰੇ ਫਾਰਮ ਹਾਊਸ ਬਣ ਰਹੇ ਫਾਰਮ ਹਾਊਸ ਬਣ ਰਹੇ हमारी जो राइट साइड पे अभी बी ब्लॉक है जिधर हम खड़े हुए हैं ये ए ब्लॉक है और ये सारा कमर्शियल है इसकी बैक साइड पे भी बी ब्लॉक की बैक साइड पे भी रक्षी है घर है फार्म हाउस है और हमारी लेफ्ट साइड पे भी पीछे की तरफ फार्म हाउस बने हुए हैं और कुछ फार्म हाउस बने हुए हैं लोगों की रहायशें हैं और हम भी लोग इस पर रह रहे हैं और इंजॉय कर रहे हैं और बहुत खूबसूरत जगह है गुलबर्ग ग्रीन इस्लामाबाद और हाईवे से इसका करीबन 2 मिनट का रास्ता है गाड़ी की ड्राइव है और सीधा गुलबर्ग है।